ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ, ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ। ਮੰਮੀ ਤੁਹਾਨੂੰ ਕੀ ਲੱਗਦਾ ਕੁੜੀ ਦੀ ਇਹੋ ਜਿਹੀ ਕਿਹੜੀ ਮਜਬੂਰੀ ਰਹੀ ਹੋਣੀ ਜਿਹੜਾ ਉਹ ਆਹ ਗਾਣਾ ਗਾ ਰਹੀ ਆ? ਉਹਦੀ ਉਮਰ ਲੰਘ ਰਹੀ ਸੀ। ਹਾਏ ਮੰਮੀ, ਆ ਵੀ ਤਾਂ ਹੋ ਸਕਦਾ ਕਿ ਉਹਦੀ ਬੇਬੀ ਤਾਂ ਉਹਦੇ ਵੱਲ ਧਿਆਨ ਹੀ ਨਾ ਗਿਆ ਹੋਵੇ ਜਾਂ ਕੋਈ ਹੋਰ ਗੱਲ। ਜਮਾਨਾ ਹੀ ਉੱਤੇ ਪਿਆ, ਹੋ ਸਕਦਾ ਉਹਨੂੰ ਬਾਹਲੀ ਕਾਹਲੀ ਹੋਵੇ। ਹਾਂ ਹੋ ਸਕਦਾ, ਪਰ ਇਹ ਵੀ ਤਾਂ ਹੋ ਸਕਦਾ ਕਿ ਉਹਦੀ ਬੇਬੇ ਹੋਰਾਂ ਤੋਂ ਦਾਜ ਨਾ ਘਟਾਉਂਦਾ ਹੋਵੇ ਤੇ ਉਹ ਕਹਿੰਦੇ ਹੋਣ ਕਿ ਪੁੱਤ ਸਾਲ ਕੋ ਹੋਰ ਖੜ ਜਾ। ਜਾਂ ਫਿਰ ਹੋ ਸਕਦਾ ਕੁੜੀ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ ਚਾਹੁੰਦੀ ਹੋਵੇ ਤੇ ਬੇਬੇ ਨਾ ਮੰਨਦੀ ਹੋਵੇ। ਫਿਰ ਤਾਂ ਬੇਬੇ ਨੂੰ ਜਮਾ ਹੀ ਨਹੀਂ ਮੰਨਣਾ ਚਾਹੀਦਾ। ਮੈਨੂੰ ਤਾਂ ਬੇਬੇ ਤੇ ਵੀ ਗੁੱਸਾ ਆਉਂਦਾ ਬਈ, ਕੁੜੀ ਦੀ ਐਡੀ ਵੱਡੀ ਗੱਲ ਸੁਣ ਕੇ ਉਹਨੂੰ ਗੁੱਤੇ ਕੋਲ ਫੜ ਲਵੇ। ਹੈ ਆਖੇ ਮਰਜ਼ੀ ਨਾਲ ਵਿਆਹ ਕਰਾਉਣਾ, ਖਬਰਦਾਰ ਜੇ ਤੂੰ ਵੀ ਇਹੋ ਜਿਹੇ ਗਾਣਿਆਂ ਦੀ ਚਰਚਾ ਕੀਤੀ। ਨਹੀਂ ਮੈਂ ਚੁੱਪ। ਉਹ ਮੇਰਾ ਵਿਆਹ ਕਰਵਾਉਣ ਨੂੰ ਜੀ ਕਰਦਾ ਬਾਪੂ ਨੀ ਮੰਨਦਾ ਮੇਰਾ, ਕਰਵਾਉਣ ਨੂੰ ਜੀ ਕਰਦਾ ਬਾਪੂ ਨੀ ਮੰਨਦਾ ਮੇਰਾ, ਬਾਪੂ ਨੀ ਮੰਨਦਾ ਮੇਰਾ। ਮੰਨਦੀ ਤਾਂ ਮੇਰੇ ਖਿਆਲ ਚ ਬੇਬੇ ਨੀ ਸੀ, ਹੈ ਨਾ? ਬੇਬੇ ਤਾਂ ਮੰਨ ਜਾਂਦੀ ਹੁੰਦੀ ਆ, ਬਾਪੂ ਜਿਹੜਾ ਬੈਠਾ। ਯਾਰ ਮੈਨੂੰ ਲੱਗਦਾ ਮਾਸਟਰ ਦਾ ਮੁੰਡਾ ਹੱਥੋਂ ਨਿਕਲ ਗਿਆ। ਤੁਹਾਡਾ ਧਿਆਨ ਕਿੱਧਰ ਹੈ ਮਾਸਟਰ ਜੀ? ਤੁਹਾਡਾ ਧਿਆਨ ਕਿੱਧਰ ਆ? ਕੀ ਮਤਲਬ? ਸਾਰਾ ਧਿਆਨ ਉੱਧਰ ਲਾਤਾ, ਕੁਝ ਧਿਆਨ ਸਾਡੇ ਤੇ ਵੀ ਲਾ ਦੋ। ਸਾਡੇ ਮਾਪੇ ਮਰ ਮਰ ਕੇ ਫੀਸਾਂ ਭਰਦੇ ਨੇ, ਇਹ ਤਾਂ ਨਿਕਲ ਗਿਆ ਜਿਹੋ ਜਿਹਾ ਨਿਕਲਣਾ ਸੀ। ਚੰਨਣ ਦਾ ਬੱਚਾ, ਇੱਕ ਸਵਾਲ ਦਾ ਤੈਨੂੰ ਜਵਾਬ ਨਹੀਂ ਆਉਂਦਾ ਤੇ ਗੱਲਾਂ ਤੈਨੂੰ ਇੰਨੀਆਂ ਆਉਂਦੀਆਂ ਨੇ, ਯਾਦ ਕਰੋ ਸਾਰੇ ਜਾਣੇ, ਹੁਣੇ ਸੁਣਨਾ ਮੈਂ। ਹਾਂ ਗੁੱਤਕੀ ਮੁੰਡਾ, ਗੁੱਤਕੀ ਮੁੰਡਾ, ਮੁੰਡਾ ਮੁੰਡਾ, ਛੇਤੀ 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 ਛੇਤੀ। ਉਹ ਚੱਲ ਬਸ ਵੀ ਕਰ ਹੁਣ। ਮੰਮੀ ਤੁਹਾਡੀਆਂ ਅੱਖਾਂ ਹੀ ਹੈ ਨਿਕਾਹ ਨੂੰ ਆਈਆਂ ਨੂੰ ਤਾਂ 50 ਸਾਲ ਹੋ ਗਏ, ਖੁੱਲੀਆਂ ਹੀ ਅੱਜ ਹੈ। ਇਹੋ ਜਿਹਾ ਕੁਛ ਵੀ ਹੁੰਦਾ ਦੁਨੀਆ ਤੇ? ਕੀ ਹੋਇਆ? ਜਿਹੜੇ ਆਪਣੇ ਜਾਗਰ ਕੇ ਨਹੀਂ ਸੀਗੇ, ਆ ਮੋੜ ਤੇ ਪਿੱਪਲ ਕੋਲੇ ਰਹਿੰਦੇ ਨੇ, ਉਹਨਾਂ ਦੀ ਕੁੜੀ ਮੁੰਡੇ ਨਾਲ ਭੱਜ ਗਈ। ਆਖੇ ਪਿਆਰ ਕਰਦੀ ਸੀ ਨਾ, ਜਿਹੜਾ ਪਿਆਰ ਮਾਪੇ ਕਰਦੇ ਨੇ ਉਹ ਖੁਸ਼ ਨੇ। ਉਹ ਬੰਦਾ ਦੁਨੀਆ ਦੇ ਹਰਾਇਆ ਨਹੀਂ ਹਰਦਾ, ਇਹੋ ਜਿਹੀ ਚੰਦਰੀ ਔਲਾਦ ਹਰਾਉਂਦੀ ਹੈ ਬੰਦੇ ਨੂੰ। ਇਹੋ ਜਿਹੀ ਧੀ ਦਾ ਬੰਦਾ ਦੁੱਧ ਫਟਦੇ। ਹਾਂਜੀ ਸਹੀ ਗੱਲ ਹੈ। ਉਹ ਚਿੱਟੀਆਂ ਕਪਾਹ ਦੀਆਂ ਵੱਤੇ। ਕਪਾਹ ਨਹੀਂ ਨਰਮਾ ਹੈ ਪੁੱਤਰ ਜੀ। ਕੀ ਦੱਸਾਂ ਡੈਡ, ਆ ਪੜ੍ਹਾਈ ਨੇ ਨਾ ਜਵਾਕਾਂ ਨਾ ਤਾਂ ਜ਼ਮੀਨ ਨਾਲ ਜੁੜੇ ਰਹਿਣ ਦਿੱਤਾ ਨਾ ਮਾਂ ਪਿਓ ਨਾਲ। ਕਿਉਂ ਕੀ ਹੋਇਆ? ਹੋਣਾ ਕੀ ਸੀ, ਸਾਡੇ ਕਾਲਜ ਦੇ ਕਿਸੇ ਮੁੰਡੇ ਨੂੰ ਕਿਸੇ ਕੁੜੀ ਨਾਲ ਪਿਆਰ ਹੋ ਗਿਆ ਤੇ ਮੁੰਡੇ ਨੇ ਘਰਦਿਆਂ ਨੂੰ ਪੁੱਛਿਆ, ਪਿਓ ਮੰਨਿਆ ਨਹੀਂ, ਕੁੜੀ ਮੁੰਡਾ ਭੱਜ ਗਏ। ਅੱਛਾ, ਹੁਣ ਕੁੜੀ ਦੇ ਘਰਦਿਆਂ ਨੇ ਆ ਕੇ ਪਿਓ ਦੀ ਲੱਤ ਤੋੜਤੀ। ਹੁਣ ਤੇ ਰਾਜ ਨਵਾਂ ਹੋ ਗਿਆ ਵੈਸੇ, ਹਨੀਮੂਨ ਵੀ ਜਾਇਆ, ਪਰ ਪਿਓ ਦੀ ਲੱਤ ਅਜੇ ਤੱਕ ਟੁੱਟੀ ਨਾ। ਦੁਰਫਿਟੇ ਮੂੰਹ ਇਹੋ ਜਿਹਾ ਪਿਓ ਦਾ, ਜੇ ਜਾਗਦੀ ਜ਼ਮੀਰ ਵਾਲਾ ਹੁੰਦਾ ਮੁੰਡੇ ਦੀ ਲੱਤ ਵੀ ਨਾਲ ਬਰਾਬਰ ਤੋੜਦਾ। ਨਾਲੇ ਗੱਲ ਸੁਣ, ਤੂੰ ਵੀ ਆ ਮਾੜੀ ਜਿਹੀ ਸ਼ਕੀਨੀ ਘੱਟ ਕਰ। ਹਾਂਜੀ, ਮੈਂ ਤੇ ਚੰਗੇ ਘਰ ਦਾ ਮੁੰਡਾ। ਹਾਂ ਉਹ ਤਾਂ ਹੈ। ਫਿਰ ਇੱਕ ਤਾਂ ਜਾਗ ਜ਼ਮੀਰ ਵਾਲਾ ਮਾਰਤਾ। ਆਪਣੇ ਵਰਗੇ ਵੀ ਕੌਣ ਪੈਣੇ ਜਿਹੜੀਆਂ ਦੋ ਕੁਲਫੀਆਂ ਪਿੱਛੇ ਹੜ ਸਕਾਉਣ ਨੂੰ ਤਿਆਰ ਖੜੀਆਂ। ਨਾਲੇ ਆਪਾਂ ਕੋਈ ਖਾਣ ਦੇ ਭੁੱਖੇ ਆ, ਖੋਏ ਵਾਲੀ ਹੈਗੀ। ਫਿਰ ਕੀ ਹੋਇਆ, ਗੱਲ ਨਹੀਂ ਕਰ ਸਕੀ ਮਾਸਟਰ ਨੂੰ? ਮੈਂ 5 ਮਿੰਟਾਂ ਬਣਾ ਲਵਾਂ। ਦੋ ਦਿਨਾਂ 'ਚ ਤਾਂ ਮਨਾਇਆ ਨਹੀਂ ਮਾਸਟਰ ਜੀ ਨੂੰ।
ਉਹ ਗੱਲ ਕਰਨ ਦਾ ਟਾਈਮ ਨਹੀਂ ਲੱਗਿਆ, ਇੱਕ ਵਾਰੀ ਗੱਲ ਸ਼ੁਰੂ ਹੋ ਗਈ ਨਾ ਫਿਰ ਮਾਸਟਰ ਆਪਾਂ 5 ਮਿੰਟਾਂ ਮਨਾ ਲੈਣਾ। ਰੱਬ ਸੁੱਖ ਰੱਖੇ, ਮੈਨੂੰ ਤੇਰੇ ਤੇ ਭਰੋਸਾ, ਮੈਨੂੰ ਪਤਾ ਤੂੰ ਮਨਾ ਲੇਗਾ ਸ਼ਿਵ ਕੁਮਾਰ, ਪਰ ਜੇ ਮੇਰੇ ਘਰ ਤੇ ਨਾ ਮੰਨੇ ਫਿਰ? ਸਾਰੀ ਉਮਰ ਮਰ ਗਿਆ ਮਾਸਟਰ ਤੁਹਾਡੇ ਪਿੰਡ ਚ ਸਿੱਖਿਆ ਦਿੰਦਾ, ਕਿਉਂ ਨਾ ਮੰਨਣਗੇ? ਇਹ ਤਾਂ ਸੱਚ ਆ। ਮੈਂ ਵੀ ਜਦ ਪੜ੍ਹਦੀ ਨੇ ਕਿਹਾ ਸੀ ਕਿ ਮਾਸਟਰ ਜੀ ਨੇ ਲੱਸੀ ਮੰਗਾਈ ਹੈ, ਘਰਦਿਆਂ ਨੇ ਨਾਲ ਚਾਹ ਵੀ ਭੇਜੀ ਸੀ। ਤੇ ਹੁਣ ਕੁੜੀ ਨਾ ਭੇਜਣਗੇ? ਮਾਸਟਰ ਦੇ ਮੁੰਡੇ ਨੂੰ 15 ਕਿੱਲੇ ਪੈਲੀ ਆਉਂਦੀ ਆ, ਪੁਲਿਸ ਚਗਲਾ ਭਰਤੀ ਹੋਣ ਲੱਗਿਆ। ਉਹਨਾਂ ਸਗੋਂ ਵਿਚੋਲੇ ਨਾਲ ਲੜਨਾ ਵੀ ਤੁਸੀਂ ਅੱਜ ਹੀ ਮੁੰਡੇ ਨੂੰ ਲੈ ਆਉਂਦੇ, ਅਸੀਂ ਅੱਜ ਹੀ ਕੁੜੀ ਤੋਰ ਦਿੰਦੇ। ਪਰ ਮੇਰੇ ਪਾਪਾ ਨੇ ਆਏ ਨੀ ਤੋਰਨਾ ਸੀ ਮੈਨੂੰ, ਬਹੁਤ ਚਾਹ ਹੈ ਉਹਨਾਂ ਨੂੰ ਮੇਰੇ ਵਿਆਹ ਦਾ। ਹਾਏ, ਪਰ ਪਾਪਾ ਤੋਂ ਜ਼ਿਆਦਾ ਨਾਲ ਦਿਆਂ ਨੂੰ ਚਾਹ ਹੈ। ਹੈਗੇ ਤਾਂ ਸਾਡੇ ਸਕੇ ਪਰ ਪੂਰੇ ਸ਼ਰਾਬੀ ਨੇ, ਹਰ ਆਉਂਦੇ ਜਾਂਦੇ ਪੁਰਾਣੇ ਉਹਨਾਂ ਨੇ ਸ਼ਰਾਬੀ ਕਰਕੇ ਤੋਰਨਾ, ਉਹਨਾਂ ਦੇ ਘਰ ਨਹੀਂ ਜਾਣਾ। ਆਪਾਂ ਨਹੀਂ ਜਾਣਾ ਕਾਟਾ? ਤੇ ਸਾਡੇ ਘਰ ਦੇ ਸਾਹਮਣੇ ਵਾਲਾ ਜਿਹੜਾ ਘਰ ਹੈ, ਉਹਨਾਂ ਨੇ ਸਾਡੀ ਜ਼ਮੀਨ ਦੇ ਕੇਸ 'ਚ ਬਹੁਤ ਮਦਦ ਕੀਤੀ ਸੀ, ਉਹਨਾਂ ਦੇ ਘਰ ਜਾਵਾਂਗੇ। ਜਾਣਾ ਹੀ ਪੈਣਾ। ਤੇ ਸਾਡੀ ਗਲੀ 'ਚ ਜਿਹੜਾ ਦੂਜਾ ਘਰ ਹੈ, ਉਹ ਸਰਪੰਚੀ 'ਚ ਸਾਡੇ ਖਿਲਾਫ ਖੜੇ ਹੋਏ ਸੀ, ਉੱਥੇ ਨਹੀਂ ਜਾਣਾ। ਨਹੀਂ ਜਾਣਾ ਕਾਟਾ। ਤੇ ਇੱਕ ਆਪਣੇ ਪਿੰਡ ਨਾ ਗੁਰਦੁਆਰੇ ਦੇ ਕੋਲ ਘਰ ਆ, ਜਦੋਂ ਪਾਪਾ ਡਿਪੋਰਟ ਹੋਏ ਸੀ ਨਾ ਕਤਰ ਤੋਂ, ਉਹਨਾਂ ਦੀ ਗੱਡੀ ਲੈਣ ਗਈ ਸੀ। ਜਾਣਾ ਹੀ ਪੈਣਾ।